बिस्मिल्लाह रहमान रहीम या कनाबदो भैया के नस्ताइन अस्सलाम वालेकुम। मैं थोड़ा अपना वीर राणा जवेद ते मेरे नाल बैठे ने जनाब रजब साहब आर जे मोटर सियालकोट कैंट। तो रजब साहब अज अपने वेखन वाले वास्ते तुहाडे कोल किहड़ी गड्डी है जनाब? मैं जी अज लैके आया माड़े बंदे दी तगड़ी गड्डी। अच्छा जी, जिन्ना क्योंकि अज तक तुहानू दो रहा इहो जिहा कि हुण इन्नी महंगाई है कि इन्ने कोल बंदे कोल पैसे भी नहीं हुंदे हैगे, ते थोड़े पैसियां च अच्छी गड्डी, अच्छी गरंटी वाली गड्डी ਇਹਦੀ ਲੈਣ ਵਾਸਤੇ ਤੁਸੀਂ ਆ ਸਕਦੇ ਹੋ ਆਰ ਜੇ ਮੋਟਰ ਸ਼ੋਰੂਮ 'ਤੇ। ਤੁਹਾਨੂੰ ਪਤਾ ਮਾੜੀ ਗੱਡੀ ਤਾਂ ਮੈਂ ਲੈ ਕੇ ਆਉਂਦਾ ਹੀ ਨਹੀਂ ਹੈਗਾ, ਅਤੇ ਆ ਜਾਓ ਤੁਸੀਂ ਮਾਸ਼ਾਅੱਲਾ ਇਨਸ਼ਾਅੱਲਾ ਆ ਜਾਓ ਤੁਸੀਂ। ਰਜਬ ਸਾਹਿਬ ਘੱਟ ਪੈਸਿਆਂ 'ਚ ਸਾਡੀ ਤਗੜੀ ਗੱਡੀ ਲੈ ਕੇ ਆਉਣ ਦੀ ਵਜ੍ਹਾ ਕੀ ਹੈ? ਵਜ੍ਹਾ ਇਹ ਵੇ ਕਿ ਹੁਣ ਸਰਦੀ ਦਾ ਮੌਸਮ ਹੈ, ਹਰ ਬੰਦੇ ਦਾ ਦਿਲ ਕਰਦਾ ਕਿ ਆਪਣੇ ਘਰਦਿਆਂ ਨੂੰ ਲੈ ਕੇ ਬਾਹਰ ਜਾਈਏ, ਫਿਰਨ ਜਾਈਏ, ਸੈਰ ਕਰਨ ਜਾਈਏ, ਅਤੇ ਇਸ ਵਜ੍ਹਾ ਤੁਸੀਂ ਇਹ ਫਾਇਦਾ ਹੀ ਹੈ ਕੰਮ ਬਜਟ ਹੈ ਚੰਗੀ ਗੱਡੀ, ਅਤੇ ਬਾਹਰ ਵੀ ਜਾਣਾ ਹੁੰਦਾ ਕਿਸੇ ਨੇ ਕੰਮ ਸਵੇਟਾ ਕਰ ਕੰਮ ਖੇਮ ਕਰਨ ਕੁੱਤਾ ਕੰਮ ਧੰਦੇ ਵਾਸਤੇ ਵੀ ਜਾਣਾ ਪੈਂਦਾ। ਇਸ ਵਾਸਤੇ ਸਰਦੀਆਂ ਦਾ ਮੌਸਮ ਹੈ ਬਿਹਤਰੀਨ ਤੋਹਫਾ ਹੈ। ਮਹਿੰਗੀ ਗੱਡੀ ਨਹੀਂ ਹੈ, ਕੰਮ ਰੇਟ 'ਚ ਚੰਗੀ ਗੱਡੀ। ਤੁਹਾਡਾ ਮਤਲਬ ਇਹ ਕਹਿੰਦਾ ਕਿ ਸਰਦੀ ਬਹੁਤ ਜ਼ਿਆਦਾ ਅਤੇ ਮੋਟਰਸਾਈਕਲ 'ਤੇ ਜ਼ਰਾ ਜਿਹੜਾ ਨਾ ਬੰਦਾ ਬੰਦਾ ਨਿਕਲ ਹੀ ਨਹੀਂ ਸਕਦਾ, ਉਂਝ ਹੀ ਬੰਦਾ ਠਰ ਜਾਂਦਾ। ਬਤਾ ਇੱਥੋਂ ਥੋੜ੍ਹਾ ਦੁਕਾਨ 'ਤੇ ਟੁੱਟ ਜਾਈਏ ਨਾ, ਬੰਦਾ ਠਰਨ ਲੱਗ ਜਾਂਦਾ, ਇੰਨੀ ਕੁ ਠੰਡ ਪੈ ਰਹੀ ਹੈ। ਮਤਲਬ ਕਿ ਬੱਚਿਆਂ ਨੂੰ ਲੈ ਕੇ ਤਾਂ ਵੈਸੇ ਹੀ ਨਹੀਂ ਨਿਕਲ ਸਕਦਾ, ਕਿਉਂਕਿ ਸਰਦੀ ਬਹੁਤ ਜ਼ਿਆਦਾ ਔਰ ਹਰ ਬੰਦੇ ਦਾ ਦਿਲ ਕਰਦਾ ਕਿ ਆਪਣੇ ਰੋਜ਼ਮਰਾ ਦੇ ਮਾਮੂਲਾ ਜਿਹੜੇ ਨੇ ਉਹ ਉਹਨੇ ਨਿਕਲਣਾ ਹੁੰਦਾ ਬਾਹਰ, ਅਤੇ ਉਹਦੇ ਵਾਸਤੇ ਸਰਦੀ ਨੂੰ ਬਚਣ ਵਾਸਤੇ ਰਜਬ ਸਾਹਿਬ ਦਾ ਕਹਿਣਾ ਹੈ ਕਿ ਬਿਹਤਰੀਨ ਸਵਾਰੀ ਹੈ, ਘੱਟ ਪੈਸੇ ਤਗੜੀ ਗੱਡੀ ਲੈ ਕੇ ਆਇਆ, ਅਤੇ ਹੁਣ ਤੁਹਾਨੂੰ ਅਸੀਂ ਬਹਾਨੇ ਹਾਂ ਗੱਡੀ ਦੇ ਬਾਕੀ ਫੀਚਰਸ ਔਰ ਗੱਡੀ ਦੀ ਬਾਡੀ। ਸਾਹਿਬ ਅਭੀ ਆਪਕੋ ਗਾੜੀ ਕਾ ਰਿਵਿਊ ਕਰਾਤੇ ਹੈ ਜਨਾਬ ਜੀ, ਰਜਬ ਸਾਹਿਬ ਨੇ ਆਪਕੋ ਬਤਾਇਆ ਕਮ ਪੈਸੋਂ ਮੈਂ ਅੱਛੀ ਗਾੜੀ, ਮਾੜੇ ਬੰਦੇ ਦੀ ਤਗੜੀ ਗੱਡੀ ਜਿਹੜੀ ਇਹਨਾਂ ਕਿਹਾ ਨਾ, ਸਜ਼ੂਕੀ ਵੈਗਨਾਰ ਹੈ 2019 ਮਾਡਲ ਹੈ ਗੱਡੀ, ਅਤੇ ਚੈੱਕ ਕਰੋ ਤੁਸੀਂ ਇਹਦੇ ਹਲਕੀ ਫੁਲਕੀ ਕੋਈ ਜਿਹੜੀ ਹੈ ਨਾ ਟੱਚਿੰਗ ਹੈ ਵੇ, ਲੇਕਿਨ ਐਕਸੀਡੈਂਟ ਨਹੀਂ ਹੈ, ਕੋਈ ਥੋੜ੍ਹੀ ਬਹੁਤ ਮਾਈਨਰ ਦੀ ਜਿਹੜੀ ਹੈ ਨਾ ਉਹ, ਯਾਨੀ ਕਿ ਕੋਈ ਥੋੜ੍ਹਾ ਥੋੜ੍ਹਾ ਕੋਈ 6 ਇੰਚ ਪੀਸ ਕੋ ਟੱਚ ਹੈ, ਕੋਈ 1 ਫੁੱਟ ਦਾ ਟੱਚ ਹੈ, ਇਸ ਤਰ੍ਹਾਂ ਕਿ ਗੇਟ ਡੇਢ ਗੇਟ ਇੰਨਾ ਕੁ ਜਿਹੜੀ ਨਾ ਇਹਦੇ ਵਿੱਚ ਟੱਚਾਂਗੇ। ਬਾਕੀ ਗੱਡੀ ਓਕੇ ਵੇ ਸਾਰੀ, ਚੱਲਣ ਚਲਾਣ ਇੰਜਨ ਸਸਪੈਂਸ਼ਨ ਹਰ ਚੀਜ਼ ਓਕੇ ਵੇ। ਤੁਸੀਂ ਸਾਹਮਣੇ ਆਪਣਾ ਦੇਖੋ ਬੰਪਰ ਗ੍ਰਿਲ ਬੜੀ ਖੂਬਸੂਰਤ ਜਨਾਬ ਉਹਨਾਂ ਨੇ ਕਿਸੇ ਨੇ ਜਨਾਬ ਗੋਲੇ ਛੋਲੇ ਲਾਏ ਨੇ, ਜ਼ਬਰਦਸਤ ਸੋਹਣੀ ਗੱਡੀ ਹੈ, ਸੋਹਣੀ। ये देखिए सर, फ्रेश लैटी हैं, मोनोग्राम देखें, ये देखिए VXL वैगनार्स, VXL है ये आपका आपका प्यारा आर जे मोटर शोरूम, ये तो आपको पता ही है इसका। ये देखिए बाकी सारी गाड़ी आप देखें, ज़रा चेक करें। शुक्रिया रजब साहब, ਤੁਸੀਂ ਗੱਡੀ ਦੀਆਂ ਤਰੀਫਾਂ ਤਾਂ ਬੜੀਆਂ ਕਰ ਰਹੇ ਹੋ, ਜਿਹੜਾ ਲਏਗਾ ਫਿਰ ਉਹੀ ਤੁਹਾਨੂੰ ਦੱਸੇਗਾ ਵੀ ਤੁਸੀਂ ਤਰੀਫਾਂ ਸਹੀ ਕੀਤੀਆਂ ਨੇ ਜਾਂ ਗਲਤ ਕੀਤੀਆਂ ਨੇ, ਲੇਕਿਨ ਸਹੀ ਕਰ ਇਨਸ਼ਾਅੱਲਾ ਉਹ ਯਾਦ ਕਰੇਗਾ, ਜੋ ਇਹ ਗਾੜੀ ਲਏਗਾ ਉਹ ਯਾਦ ਕਰੇਗਾ ਕਿ ਮੈਨੇ ਕੋਈ ਗਾੜੀ ਲਈ ਹੈ ਇਨਸ਼ਾਅੱਲਾ। ਲੋਕੇਸ਼ਨ ਕੀ ਹੈ ਤੁਹਾਡੀ? ਤਾਂ ਲੋਕੇਸ਼ਨ ਵੀ ਦੱਸ ਦਿਓ। ਲੋਕੇਸ਼ਨ ਮਾਰੀ ਆਰ ਜੇ ਮੋਟਰ ਸ਼ੋਰੂਮ, ਆਰ ਜੇ ਮੋਟਰ ਸਿਆਲਕੋਟ ਕੈਂਟ। ਠੀਕ ਹੋ ਗਿਆ ਜੀ, ਚਲੋ ਜੀ ਹੁਣ ਤੁਹਾਨੂੰ ਗੱਡੀ ਦੇ ਅੰਦਰੋਂ ਜਿਹੜਾ ਨਾ ਬਾਕੀ ਫੀਚਰ ਚੈੱਕ ਕਰਾਉਣਾ ਹੈ। ਲੈ ਜੀ ਅਭੀ ਆਪਕੋ ਇਸਕਾ ਇੰਟੀਰੀਅਰ ਦਿਖਾਤੇ ਹੈਂ ਅੰਦਰ ਸੇ, ਪਹਿਲੇ ਤੋਂ ਗਾੜੀ ਕਰਤੇ ਹੈਂ ਸਟਾਰਟ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਗਾੜੀ ਹੋ ਗਈ ਹੈ ਸਟਾਰਟ। ਡੈੱਕ ਇਸਕਾ ਜੋ ਹੈ ਨਾ ਓਰਿਜਨਲ ਹੀ ਲਗਾ ਹੋਇਆ, ਮੈਨੂਅਲ ਟਰਾਂਸਮਿਸ਼ਨ ਹੈ, ਫਰੰਟ ਕੀ ਜੋ ਵਿੰਡੋ ਹੈ ਵੋ ਦੋਨੋਂ ਪਾਵਰ ਹੈ। ਬਾਕੀ ਗਾੜੀ ਓਕੇ ਹੈ, ਬਿਹਤਰੀਨ ਹੈ, ਸੀਟੋਂ ਕੀ ਪੋਸ਼ਿਸ਼ ਬੜੀ ਜ਼ਬਰਦਸਤ ਹੈ। ਅਭੀ ਅੰਧੇਰਾ ਹੋ ਗਿਆ ਤੋ ਉਸ ਤਰ੍ਹਾਂ ਨਜ਼ਰ ਨਹੀਂ ਆ ਰਹੀ ਸਹੀ, ਲੇਕਿਨ ਪੋਸ਼ਣ ਛੱਤ ਵਗੈਰਾ ਸਾਰੀ ਚੀਜ਼ ਓਕੇ। ਤੋ ਬਾਈ ਸਾਹਿਬ ਕੈਸੀ ਲੱਗੀ ਆਪਕੋ ਇਹ ਗਾੜੀ? ਇਹ ਜੋ ਗਾੜੀ ਹੈ ਇਹ 2019 ਮਾਡਲ ਹੈ, ਸਜ਼ੂਕੀ ਵੈਗਨਾਰ ਹੈ, VXL। ਇਸਮੇਂ ਮਾਈਨਰ ਸੀ ਟਚਿੰਗ ਹੈ, ਐਕਸੀਡੈਂਟ ਕੋਈ ਨਹੀਂ, ਜੈਸੇ ਸ਼ਾਵਰ ਕਹਿਤੇ ਹੈ ਥੋੜ੍ਹਾ ਥੋੜ੍ਹਾ ਪੀਸ, ਬਿਲਕੁਲ ਮਾਮੂਲੀ ਮਾਮੂਲੀ 2-4 ਜਗ੍ਹਾ ਸੇ ਹੈ, ਲੇਕਿਨ ਗਾੜੀ ਕੀ ਆਪਣਾ ਸਸਪੈਂਸ਼ਨ, ਗਾੜੀ ਕਾ ਇੰਜਨ ਬਿਲਕੁਲ ਓਕੇ, ਹਰ ਚੀਜ਼ A1। ਅਗਰ ਆਪ ਇਹ ਗਾੜੀ ਖਰੀਦਣਾ ਚਾਹਤੇ ਹੈ ਤੋ ਆਰ ਜੇ ਮੋਟਰ ਸਿਆਲਕੋਟ ਕੈਂਟ ਪੇ ਤਸ਼ਰੀਫ ਲਾਏ, ਖਾਜਾ ਸਫਦਰ ਰੋਡ। ਡਿਸਕ੍ਰਿਪਸ਼ਨ ਮੇਂ ਹਮਾਰੇ ਨੰਬਰ ਮੌਜੂਦ ਹੈ, ਤੋ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ, ਬੈੱਲ ਆਈਕਨ ਕਾ ਬਟਨ ਦਬਾਏਂ, ਤਾਂ ਕਿ ਹਰ ਆਨੇ ਵਾਲੀ ਵੀਡੀਓ ਆਪਕੋ ਮਿਲਤੀ ਰਹੇ। ਔਰ ਇਸ ਗਾੜੀ ਕੀ ਜੋ ਪ੍ਰਾਈਸ ਹੈ ਵੋ ਹਮਾਰੀ ਡਿਮਾਂਡ ਜੋ ਹੈ ਨਾ ਵੋ ਹੈ ਸਾਡੇ 22 ਲੱਖ ਰੁਪਏ, 22,50,000 ਰੁਪਏ ਇਸਕੀ ਡਿਮਾਂਡ ਹੈ, ਬਾਕੀ ਮੌਕੇ ਪਰ ਕਮੀ ਬੇਸ਼ੀ ਹੋ ਜਾਏਗੀ, ਉਸਕੀ ਗੁੰਜਾਇਸ਼ ਮੌਜੂਦ ਹੈ।
तो अपना और अपने प्यारों का बहुत सा ख्याल रखिएगा, दुआओं में याद रखिए। मुझे दीजिए इजाज़त, आपसे मुलाकात होगी नेक्स्ट वीडियो में। अल्लाह हाफिज़।